ਹਾਂਜੀ ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਰਵੀ ਦੱਤ। ਅੱਜ ਆਪਾਂ ਬਲੌਗ ਲੈ ਕੇ ਆਏ ਤੁਹਾਡੇ ਲਈ ਕਸ਼ਮੀਰ ਦਾ। ਕਸ਼ਮੀਰ ਦਾ ਬਲੌਗ ਆ ਥੋੜ੍ਹੀ ਡਿਟੇਲ ਦੇ ਵਿੱਚ ਆ। ਪਹਿਲਾਂ ਆਪਾਂ ਬਣਾਇਆ ਸੀ, ਉਹਦੇ ਵਿੱਚ ਤੁਹਾਨੂੰ ਆਪਾਂ ਦਿਖਾਲੇ ਸੀਗੇ ਆਪਣੇ ਬਾਗ ਵਗੈਰਾ ਦਿਖਾਲੇ ਸੀਗੇ, ਇਸ ਲਈ ਆਪਾਂ ਇਸ ਵੀਡੀਓ 'ਚ ਉਹ ਬਾਗ ਵਗੈਰਾ ਨਹੀਂ ਪਾਏ, ਉਹ ਤੁਹਾਨੂੰ ਪਹਿਲਾਂ ਦਿਖਾਤੇ ਆ। ਅੱਜ ਉਹ ਤੁਹਾਨੂੰ ਬਾਕੀ ਚੀਜ਼ਾਂ ਦਿਖਾਉਂਦੇ ਹਾਂ ਆਪਾਂ। ਫਸਟ ਟਾਈਮ ਮੈਂ ਲਾਸਟ ਈਅਰ ਜਦੋਂ ਗਿਆ ਸੀ ਨਾ, ਲਾਸਟ ਈਅਰ ਉਦੋਂ ਮੈਂ ਬਾਗ ਵਗੈਰਾ ਸਾਰੇ ਵਿਜ਼ਿਟ ਕੀਤੇ ਸੀ, ਬਿਕੋਜ਼ ਮੈਂ ਪਹਿਲੀ ਵਾਰੀ ਦੇਖੇ ਸੀਗੇ। ਇਸ ਵਾਰ ਮੈਂ ਜਦੋਂ ਗਿਆ ਸੀਗਾ ਅਕਤੂਬਰ 'ਚ, ਫਸਟ 'ਚ ਗਿਆ ਸੀ ਮੈਂ, ਅਤੇ ਉਹ ਆਪਾਂ ਨਹੀਂ ਦੇਖੇ। ਜੋ ਚੀਜ਼ਾਂ ਰਹਿ ਗਈਆਂ ਸੀਗੀਆਂ ਲਾਸਟ ਈਅਰ ਦੇ ਟ੍ਰਿਪ 'ਤੇ, ਉਹ ਆਪਾਂ ਐਤਕੀ ਕੈਪਚਰ ਕਰ ਲਈਆਂ, ਤਾਂ ਤੁਹਾਨੂੰ ਉਹ ਦਿਖਾਉਂਦੇ ਹਾਂ। ਠੀਕ ਹੈ, ਆ ਜਾਓ। ਹਾਂਜੀ, ਆਪਾਂ ਆਉਣ ਦਾ ਵੇ ਸ਼੍ਰੀਨਗਰ। ਇਸ ਵੇਲੇ ਆਪਾਂ ਰੁਕੇ ਪਠਾਨਕੋਟ, ਆਪਣੇ ਸਾਰੇ ਗਰੁੱਪ ਰਾਈਡਰ ਬੈਠੇ ਆ। ਆਪਾਂ ਕਰਨ ਲੱਗੇ ਦੁਪਹਿਰ ਦਾ ਲੰਚ, ਮੰਗਵਾਏ ਨਹੀਂ ਪਰੌਂਠੇ ਆ। ਉਹਦਾ ਵੈਸੇ ਤਾਂ ਸਿੰਪਲ ਰੋਟੀ ਖਾਣ ਦੀ ਸਲਾਹ ਸੀਗੀ ਮੇਰੀ ਤਾਂ, ਪਰ ਸਾਰੇ ਕਹਿੰਦੇ ਵੀ ਪਰੌਂਠੇ ਖਾਣੇ ਆ, ਅਤੇ ਚਲੋ ਫਿਰ ਅਸੀਂ ਪਰੌਂਠੇ ਮੰਗਵਾ ਲਏ, ਦੋ ਦੋ ਪਰੌਂਠੇ ਖਾਧੇ। ਆਪਾਂ ਲੰਚ ਕਰ ਲਿਆ, ਹੁਣ ਆਪਾਂ ਇੱਥੋਂ ਹੈਗਾ ਜੰਮੂ 103 ਕਿਲੋਮੀਟਰ, ਹੁਣ ਆਪਾਂ ਜੰਮੂ ਨੂੰ ਚੱਲੇ ਹਾਂ, ਅਤੇ ਜੰਮੂ ਜਾ ਕੇ ਫਿਰ ਤੁਹਾਨੂੰ ਦਿਖਾਉਂਦੇ ਹਾਂ ਜੰਮੂ, ਉਸ ਤੋਂ ਬਾਅਦ 'ਚ ਸ਼੍ਰੀਨਗਰ ਆਇਓ। ਅਤੇ ਜਦੋਂ ਆਪਾਂ ਇੱਥੋਂ ਨਿਕਲੇ ਸੀਗੇ ਅਤੇ ਜੰਮੂ ਅਸੀਂ ਸਟੋਪ ਹੀ ਨਹੀਂ ਲਾਇਆ, ਜੰਮੂ ਅਸੀਂ ਰੁਕੇ ਹੀ ਨਹੀਂ ਕਿਤੇ ਵੀ, ਅਸੀਂ ਜੰਮੂ ਵੀ ਨਹੀਂ ਸਟੇ ਕੀਤੀ, ਬਸ ਸਿੱਧਾ ਅਸੀਂ ਸ਼੍ਰੀਨਗਰ ਹੀ ਪਹੁੰਚੇ ਸੀਗੇ। ਬਹੁਤ ਲੇਟ ਹੋ ਗਿਆ ਸੀਗੇ, ਅਤੇ ਰਾਤ ਨੂੰ ਅਸੀਂ 1 ਵਜੇ ਪਹੁੰਚੇ ਸੀਗੇ। ਮਾੜਾ ਮਾੜਾ ਸਟੇ ਕੀਤੀ ਸੀ, ਚਾਹ ਚੂਹ ਪੀਤੀ ਸੀਗੀ, ਬਟ ਜੰਮੂ ਨਹੀਂ ਸੀ ਰੁਕੇ। ਅਸੀਂ ਰਾਤ ਨੂੰ 1 ਵਜੇ ਆਏ ਸੀ, ਤਾਂ ਫਿਰ ਮੋਰਨਿੰਗ ਉੱਠ ਕੇ ਫਿਰ ਆਹ ਅਸੀਂ ਫੋਟੋਜ਼ ਕਲਿੱਕ ਕੀਤੀਆਂ। ਮੋਰਨਿੰਗ ਅਸੀਂ ਕਾਹਵਾ ਪੀਤਾ ਸੀ, ਅਤੇ ਫਿਰ ਹੁਣ ਮੈਂ ਤੁਹਾਨੂੰ ਰੂਮ ਦਿਖਾਉਣਾ। ਹੈਲੋ, ਹਾਂਜੀ, ਆਹ ਸਾਡੇ ਰੂਮ ਦੀ ਐਂਟਰੀ ਆ ਬਾਹਰੋਂ, ਬੋਟ ਹਾਊਸ ਹੈ ਨਾ, ਲਿਆ ਸੀ ਅਸੀਂ। ਮੈਂ ਤੁਹਾਨੂੰ ਰੂਮ ਬਾਅਦ 'ਚ ਦਿਖਾਊਂਗਾ, ਅਜੇ ਖਲਾਰਾ ਬਹੁਤ ਪਿਆ ਆ, ਬਾਕੀ ਮੈਂ ਤੁਹਾਨੂੰ ਅੰਦਰੋਂ ਐਂਟਰੀ ਬਾਹਰ ਨੂੰ ਦਿਖਾ ਦਿੰਦਾ ਉਲਟ। ਦੇਖੋ ਵਾਹ, ਕਿਆ ਬਾਤਾਂ ਬਈ, ਇਹ ਬੋਟ ਹਾਊਸ ਆ, ਬੋਟ ਹਾਊਸ, ਸ਼੍ਰੀਨਗਰ ਦਾ ਬੋਟ ਹਾਊਸ। ਆਪਾਂ ਬਾਹਰ ਨੂੰ ਜਾ ਰਹੇ ਹਾਂ, ਇੱਥੇ ਸ਼ੂ ਸਾਰੇ ਖੋਲ੍ਹ ਕੇ ਇੱਥੇ ਰੱਖ ਦਿੰਦੇ ਆ, ਅਤੇ ਆ ਗਏ ਸਰ, ਇਹ ਦੇਖੋ ਨਜ਼ਾਰੇ, ਇਹ ਬਾਹਰ ਦਾ ਨਜ਼ਾਰਾ, ਆ ਡਾਈਨਿੰਗ ਬੋਟ ਹਾਊਸ ਤੁਹਾਨੂੰ ਦਿਖਾਉਂਦੇ ਹਾਂ, ਸਾਡੇ ਸਰ ਹੁਣੀ ਬੈਠੇ ਆ। ਇਹ ਐਂਟਰੀ 'ਤੇ ਜਿਹੜਾ ਆਪਣਾ ਲਿਵਿੰਗ ਏਰੀਆ ਆ ਇੱਥੇ ਦਾ, ਭਾਅ ਜੀ ਤੁਹਾਡਾ ਮੈਂ ਬਲੌਗ 'ਚ ਪਾਊਂਗਾ ਸਪੈਸ਼ਲ, ਆਪਣਾ ਬੋਟ ਹਾਊਸ ਵਗੈਰਾ ਆਪਣਾ ਨਾਮ ਸਾਰਾ ਮੈਨੂੰ ਮੈਨਸ਼ਨ ਕਰ ਦਿਓ, ਮੈਂ ਆਪਣੇ ਬਲੌਗ ਦੇ ਵਿੱਚ ਪਾਊਂਗਾ। ਆ ਹੈਗੀ ਬਾਲਕੋਨੀ ਕਸ਼ਮੀਰ, ਇਹਨੂੰ ਕਹਿੰਦੇ ਸ਼੍ਰੀਨਗਰ ਕਸ਼ਮੀਰ। ਸਾਢੇ 400 ਕਿਲੋਮੀਟਰ ਦੀ ਰਾਈਡ ਕਰਕੇ ਬਾਈਕ 'ਤੇ ਅਸੀਂ ਆਏ ਹਾਂ ਸੀ ਰਾਤੀ, ਰਾਤੀ ਅਸੀਂ ਕਿੰਨੇ ਵਜੇ ਪਹੁੰਚੇ, 1 ਵਜੇ, ਅਤੇ ਰੂਮ ਬੋਟ ਹਾਊਸ ਫਾਈਂਡ ਆਊਟ ਕਰਦਿਆਂ ਨੂੰ ਸਾਨੂੰ 2 ਵੱਜ ਗਏ ਸੌਂਦਿਆਂ ਨੂੰ। ਦਿਸ ਇਜ਼ ਅ ਕਸ਼ਮੀਰ ਮੈਨ। ਭਾਅ ਜੀ ਹੁਣੀ ਤਿਆਰ ਲੱਗਦੇ, ਤਿਆਰ ਬਰ ਤਿਆਰ ਸਾਰੇ ਬੋਟ ਹਾਊਸ ਇੱਧਰ, ਆਹ ਦੇਖੋ ਸਾਰੇ ਬੋਟ ਹਾਊਸ, ਆਪਣਾ ਬੋਟ ਹਾਊਸ ਆਇਆ, ਇੱਥੋਂ ਐਂਟਰੀ ਹੁੰਦੀ ਆ ਰਾਈਟ, ਖਲਾਰਾ ਪਾਇਆ ਥੋੜ੍ਹਾ ਜਿਹਾ, ਕੋਈ ਗੱਲ ਨਹੀਂ, ਬਟ ਅੰਦਰ ਮਸਟ ਆ। ਵਾਓ,
ਮੈਂ ਸਾਰਿਆਂ ਨੂੰ ਇਹ ਸੁਜੈਸਟ ਕਰੂੰਗਾ ਕਿ ਲਾਈਫ ਦੇ ਵਿੱਚ ਇੱਕ ਵਾਰ ਨਾ ਸ਼੍ਰੀਨਗਰ ਜ਼ਰੂਰ ਆਓ, ਸ਼੍ਰੀਨਗਰ ਜ਼ਰੂਰ ਆਓ ਲਾਈਫ ਦੇ ਵਿੱਚ ਇੱਕ ਵਾਰ। ਇਹ ਚੀਜ਼ਾਂ ਜੋ ਵਿਰਾਸਤ ਆ ਇਹਨਾਂ ਦੀ ਸਾਰਾ ਕੁਛ, ਇਹ ਚੀਜ਼ਾਂ ਨਹੀਂ ਹੈਗੀਆਂ ਕਿਤੇ, ਇਹਨਾਂ ਨੇ ਸਾਰਾ ਕੁਛ ਵਿਰਾਸਤ 'ਚ ਸਾਂਭ ਕੇ ਰੱਖਿਆ ਹੋਇਆ। ਅਸੀਂ ਜਿਨ੍ਹਾਂ ਦੇ ਬੋਟ ਹਾਊਸ ਵਿੱਚ ਰੁਕੇ ਹਾਂ ਉਹ ਕਹਿੰਦਾ ਇਹ ਬੋਟ ਹਾਊਸ ਦਾ ਕੰਮ ਮੇਰੇ ਪੜਦਾਦੇ ਨੇ ਸ਼ੁਰੂ ਕੀਤਾ ਸੀ, ਪੜਦਾਦੇ ਨੇ, ਅਤੇ ਉਹ ਸਟਿਲ ਉਹ ਕਰ ਰਿਹਾ ਆ, ਹੈ ਨਾ, ਗਾਰਡਨ ਏਰੀਆ ਲਿਵਿੰਗ ਏਰੀਆ ਸੋਰੀ, ਮਤਲਬ ਇੰਨਾ ਆਨੰਦ ਆ, ਅਲੱਗ ਆਨੰਦ ਆ, ਹਰ ਚੀਜ਼ ਦਾ ਅਲੱਗ ਆਨੰਦ ਆ। ਤੁਸੀਂ ਰਾਜਸਥਾਨ ਜਾਓਗੇ ਉਹ ਅਲੱਗ ਆ, ਅਤੇ ਸ਼੍ਰੀਨਗਰ ਦੀ ਤਾਂ ਚੀਜ਼ ਮਤਲਬ ਮਜ਼ਾ ਹੀ ਅਲੱਗ ਆ। ਇੱਥੇ ਬੈਠ ਕੇ ਆਪਾਂ ਹੁਣ ਚਾਹ ਪੀਵਾਂਗੇ, ਆਹ ਦੇਖੋ ਬਾਹਰ, ਇੱਥੇ ਬੈਠ ਕੇ ਚਾਹ ਪੀਵਾਂਗੇ ਆਪਾਂ, ਕਿਆ ਬਾਤ, ਆਏ ਹਾਏ ਹਾਏ, ਆਹ ਹਾ ਹਾ, ਲਿਆਓ ਵੀ ਮਿੱਤਰੋ ਕਾਹਵਾ, ਕਾਹਵਾ ਪੀਣਾ, ਕਾਹਵੇ ਦਾ ਆਰਡਰ ਕੀਤਾ ਹੋਇਆ ਆਪਾਂ। ਇੱਧਰ ਆ ਤੂੰ, ਹੈਲੋ, ਹਾਂਜੀ, ਬੋਟ ਹਾਊਸ ਦਾ ਤੁਹਾਨੂੰ ਆਪਾਂ ਦੂਜਾ ਕਮਰਾ ਦਿਖਾਉਂਦੇ ਹਾਂ ਆਪਣਾ, ਆਇਓ ਦੂਜਾ ਕਮਰਾ ਦਿਖਾਉਂਦੇ ਹਾਂ, ਆਹ ਦੇਖੋ ਕਿਆ ਬਾਤ, ਐਂਟਰੀ ਵਾਲਾ ਕਮਰਾ ਅਸੀਂ ਅੱਜ ਲੈਣਾ ਹੈ। ਆਹ ਬੋਟ ਹਾਊਸ ਦਾ ਅੰਦਰ ਕਮਰਾ ਹੈ, ਕੋਈ ਹੈ ਪ੍ਰੋਬਲਮ ਕਿਸੇ ਤਰ੍ਹਾਂ ਦੀ? ਲੱਕੜ ਦੇ ਘਰ ਆ, ਲੱਕੜ ਦੇ ਰੂਮ ਆ, ਓਏ ਹੋਏ ਹੋਏ ਹੋਏ, ਆਹ ਦੇਖੋ ਵਾਸ਼ਰੂਮ ਸਾਈਡ 'ਤੇ, ਅਤੇ ਬਾਕੀ ਅਸੀਂ ਜਿੱਥੇ ਰਾਤ ਰੁਕੇ ਸੀ ਉਸ ਕਮਰੇ 'ਚ ਲੈ ਕੇ ਚੱਲਦੇ ਹਾਂ। ਆਹ ਦੇਖੋ ਕਮਰਾ ਆਪਣਾ, ਆਹ ਸਾਰੇ ਆਪਣੇ ਭਰਾ, ਹੈਲੋ ਭਾਜੀ, ਹਾਂਜੀ, ਦੇਖੋ ਵੀ ਰੂਮ ਦੇਖੋ ਬੋਟ ਹਾਊਸ ਦੇ। ਸਾਨੂੰ ਜਦੋਂ ਅਸੀਂ ਐਂਟਰੀ ਕੀਤੀ ਸਾਨੂੰ ਲੱਗਿਆ ਵੀ ਗੱਲ ਨਹੀਂ ਬਣਨੀ, ਸਾਨੂੰ ਪਸੰਦ ਨਹੀਂ ਆਉਣੇ, ਬਟ ਸੋਚ ਤੋਂ ਬਾਹਰ ਹੋ ਗਿਆ ਕੰਮ, ਸੋਚ ਤੋਂ ਬਾਹਰ ਹੋ ਗਿਆ, ਬਹੁਤ ਸੋਹਣਾ ਸਾਰਾ ਕੁਛ। ਇਹ ਆਪਣੀ ਕਾਹਵਾ ਕਸ਼ਮੀਰ ਦੀ ਸਪੈਸ਼ਲ ਚਾਹ, ਇਹ ਹੈਗੀ ਕਸ਼ਮੀਰ ਦੀ ਸਪੈਸ਼ਲ ਚਾਹ, ਦੇਖੋ ਇਹਨੂੰ ਕਹਿੰਦੇ, ਭਾਜੀ ਕੀ ਕਹਿੰਦੇ ਇਹਨੂੰ, ਕਾਹਵਾ, ਹਾਂਜੀ ਕਾਹਵਾ, ਕਾਹਵਾ ਕਹਿੰਦੇ, ਕਾਹਵਾ, ਔਰ ਕੀ ਕਹਿੰਦੇ ਇਹਨੂੰ, ਕਿਸਕੋ ਕਿਸਕੋ, ਚਾਹ ਮਤਲਬ ਕਸ਼ਮੀਰ ਦੀ ਕਿਹੜੀ ਕਿਹੜੀ ਚਾਹ ਹੁੰਦੀ ਆ, ਕਸ਼ਮੀਰੀ ਕਾਹਵਾ, ਕਸ਼ਮੀਰੀ ਕਾਹਵਾ ਕਹਿੰਦੇ, ਪੂਰਾ ਨਾਮ ਮਤਲਬ ਕਸ਼ਮੀਰੀ ਕਾਹਵਾ, ਸਪੈਸ਼ਲੀ ਇਹ ਹੈ ਨਾ, ਸਾਡੇ ਸਾਰੇ ਭਰਾ ਬੈਠੇ ਆ ਕਸ਼ਮੀਰੀ ਕਾਹਵਾ ਪੀਂਦੇ ਹੋਏ, 12 ਵਜਾਤੇ ਇਹਨਾਂ ਨੇ ਕਸ਼ਮੀਰੀ ਕਾਹਵਾ ਦੇ ਪੀਣ ਦੇ ਚੱਕਰ 'ਚ। ਇਹ ਸਾਡੇ ਪ੍ਰੋ ਰਾਈਡਰ ਬ੍ਰੋ ਅਸ਼ੋਕ ਸਰ, ਮਿਸਟਰ ਅਸ਼ੋਕ, ਹਾਂਜੀ, ਸਾਰੇ ਬੈਠੇ ਆਪਣੇ ਭਰਾ, ਸਿਟਿੰਗ ਏਰੀਆ, ਹੁੱਕੇ ਵਾਲਾ ਕਿਹੜਾ ਬੰਦਾ ਸ਼ਾਮ ਨੂੰ, ਭਾਜੀ ਹੁੱਕੇ ਵਾਲਾ ਨਹੀਂ। ਹੁਣ ਆਪਾਂ ਰੂਮ 'ਚੋਂ ਨਿਕਲੇ ਹਾਂ, ਵੀ ਆਰ ਇਨ ਸ਼੍ਰੀਨਗਰ, ਅਸੀਂ ਹੁਣ ਡਲ ਲੇਕ ਐਂਡ ਜੋ ਪਾਰਕਾਂ ਪੂਰਕਾਂ ਆ ਸਾਰੀਆਂ, ਪਹਿਲਾਂ ਵੀ ਵੀਡੀਓ ਪਾਈ ਆ ਕਸ਼ਮੀਰ ਦੀ ਜੋ ਕਿ ਮੇਰਾ ਫਸਟ ਵਲੌਗ ਸੀ, ਉਹ ਵੀ ਤੁਸੀਂ ਚੈੱਕ ਕਰਿਓ। ਅਤੇ ਹੁਣ ਮੈਂ 1 ਸਾਲ ਬਾਅਦ ਆਇਆ ਹਾਂ ਇੱਥੇ, ਅਤੇ ਜੋ ਚੀਜ਼ ਰਹਿ ਗਈ ਉਹ ਤੁਹਾਨੂੰ ਦਿਖਾਊਂਗਾ ਮੈਂ, ਅਤੇ ਪਹਿਲਗਾਮ ਦੀ ਅਲੱਗ ਤੋਂ ਵੀਡੀਓ ਪਾਊਂਗਾ ਅਤੇ ਗੁਲਮਾਰਗ ਦੀ ਅਲੱਗ ਤੋਂ ਪਾਊਂਗਾ, ਸੋ ਤੁਸੀਂ ਉਹ ਵੀ ਬਾਅਦ 'ਚ ਚੈੱਕ ਕਰ ਲਿਓ। ਆਹ ਵਾਲੀ ਸ਼੍ਰੀਨਗਰ ਦੀ ਆ, ਉਦੋਂ ਮੈਂ ਆਇਆ ਸੀਗਾ ਸੋਲੋ, ਅਤੇ ਅੱਜ ਮੈਂ ਆਪਣੇ ਸਾਰੇ ਦੋਸਤਾਂ ਨਾਲ ਆਇਆ, ਅਤੇ ਅੱਜ ਥੋੜ੍ਹੀ ਲੌਂਗ ਵੀਡੀਓ ਬਣੂਗੀ, ਉਦੋਂ ਮੈਂ ਸ਼ੋਰਟ ਹੀ ਬਣਾਈ ਸੀਗੀ। ਅਤੇ ਚਲੋ ਆ ਜਾਓ ਫਿਰ, ਮਿਲਦੇ ਹਾਂ ਤੁਹਾਨੂੰ ਡਲ ਲੇਕ 'ਤੇ। ਹਾਂਜੀ, ਆਪਾਂ ਹੈਗੇ ਸ਼ਿਕਾਰਾ ਰਾਈਡ, ਸ਼ਿਕਾਰਾ ਰਾਈਡ ਹੋ ਗਈ, ਕਮਲ ਦੀ ਖੇਤੀ, ਆ ਕਮਲ ਦੀ ਖੇਤੀ ਉੱਧਰ,
ਆਪਣੇ ਪਾਇਲਟ ਸਾਹਿਬ ਕਹਿ ਰਹੇ ਆ ਸ਼ਿਕਾਰਾ ਰਾਈਡ ਦੇ ਜਿਹੜੇ ਕਹਿ ਰਹੇ ਆ ਵੀ ਇਹ ਕਮਲ ਦਾ ਫੁੱਲ ਇੱਥੇ ਪੈਦਾ ਹੁੰਦਾ ਆ ਤੇ ਇੱਥੇ ਖੇਤੀ ਕਹਿੰਦੇ ਇਹਨੂੰ ਪਾਣੀ ਦੇ ਵਿੱਚ ਖੇਤੀ ਹੁੰਦੀ ਆ ਕਮਲ ਦੇ ਫੁੱਲ ਦੀ ਤੇ ਵਧੀਆ ਨੌਲੇਜ ਦੀ ਗੱਲ ਆ ਮੈਂ ਪਹਿਲਾਂ ਵੀ ਆਇਆ ਸੀਗਾ ਮੈਨੂੰ ਨਹੀਂ ਸੀ ਪਤਾ ਇਸ ਗੱਲ ਦਾ ਤੇ ਆਹ ਦੇਖੋ ਇੱਧਰ ਕਿਆ ਬਾਤ ਬੋਟ ਹਾਊਸ ਆ ਲੋਕ ਇੱਥੇ ਰਹਿੰਦੇ ਆ ਘਰਾਂ 'ਚ ਕੋਈ ਰੈਸਟੋਰੈਂਟ ਦਾ ਕੰਮ ਕਰਦਾ ਆ ਕੋਈ ਰੂਮ ਰੈਂਟ 'ਤੇ ਹੈ ਨਾ ਅਤੇ ਮਤਲਬ ਸਭ ਵਧੀਆ ਆ ਜਿਹੜਾ ਵੀ ਕਸ਼ਮੀਰ ਆਉਂਦਾ ਆ ਸ਼ਿਕਾਰਾ ਰਾਈਡ ਉਹਨੂੰ ਜ਼ਰੂਰ ਟਰਾਈ ਕਰਨੀ ਚਾਹੀਦੀ ਆ ਹੁੰਦੀ ਕੋਸਟਲੀ ਆ ਥੋੜ੍ਹੀ ਜਿਹੀ ਆਮ ਬਜਟ ਨਾਲੋਂ ਪਰ ਫਿਰ ਵੀ ਗਰੁੱਪ ਦੇ ਵਿੱਚ ਥੋੜ੍ਹੀ ਸਸਤੀ ਮਿਲ ਜਾਂਦੀ ਚਾਰ ਬੰਦੇ ਹੋਣ ਅਤੇ ਸ਼ਿਕਾਰਾ ਰਾਈਡ ਇੱਥੇ ਮਤਲਬ 6-7 ਗੇਟ ਆ ਉੱਥੇ ਬਣੇ ਰੋਡ 'ਤੇ ਤੁਸੀਂ ਕਿਸੇ ਵੀ ਗੇਟ 'ਤੇ ਉਹ ਆਪਣੀ ਰਾਈਡ ਬੁੱਕ ਕਰ ਸਕਦੇ ਆ ਬਟ ਥੋੜ੍ਹੀ ਜਿਹੀ ਬਾਰਗਨਿੰਗ ਜ਼ਰੂਰ ਕਰਿਓ ਬਾਰਗਨਿੰਗ ਨੂੰ ਥੋੜ੍ਹਾ ਜਿਹਾ ਪ੍ਰਾਈਸ ਘੱਟ ਜਾਂਦਾ ਆ ਬਾਕੀ ਸਕੂਨ ਬਹੁਤ ਆ ਕਸ਼ਮੀਰ ਆਏ ਤੁਸੀਂ ਸ਼ਿਕਾਰਾ ਰਾਈਡ ਨਹੀਂ ਕੀਤੀ ਕੁਛ ਤਾਂ ਹੈ ਕਮੀ ਹੈ ਨਾ ਆਹ ਦੇਖੋ ਸ਼ਿਕਾਰਾ ਰਾਈਡ ਮੈਂ ਬੈਠਾ ਆਪਣੀ ਰਾਈਡ ਆਪਣੇ ਤਿੰਨ ਫਰੈਂਡ ਬੈਠੇ ਆ ਪੂਰਾ ਉਹ ਅਮਨ ਆਪਣਾ ਭੂਆ ਦਾ ਮੁੰਡਾ ਅਤੇ ਉਹ ਪਿੱਛੇ ਪਾਇਲਟ ਸਾਹਿਬ ਚਲਾ ਰਹੇ ਆ ਹਾਂਜੀ ਲਾਸਟ ਵਾਰੀ ਜਦੋਂ ਆਇਆ ਸੀ ਗੁੱਲ ਬਦਾਮ ਲਿਆ ਸੀ ਤੇ ਆ ਫੇਰ ਆ ਗਿਆ ਆਪਣੇ ਕੋਲ ਇੱਕ ਕਰ ਦੋ ਕਿੰਨੇ ਦਾ ਦਿਓ ਇੱਕ ਇਹ ਹੈਗਾ ਗੁੱਲ ਬਦਾਮ ਬਹੁਤ ਇਹਨਾਂ ਬਹੁਤ ਡਿਸਪੋਜ਼ਲ ਮੇ ਡਿਸਪੋਜ਼ਲ ਵਾਲੀ ਹਾਂ ਹਾਂ ਉਹੀ ਆ ਉਹੀ ਉਹੀ ਹਾਂ ਗਲਾਸ ਵਾਲੀ ਹਾਂ ਮੈਂ ਜਦੋਂ ਸ਼ਿਕਾਰਾ ਰਾਈਡ 'ਚ ਬੈਠਾ ਸੀ ਮੈਂ ਇਹ ਵੇਟ ਕਰਦਾ ਸੀ ਵੀ ਕਦੋਂ ਇਹ ਆਵੇ ਇਹ ਆਈਸਕ੍ਰੀਮ ਆ ਇਹਨੂੰ ਇੱਥੇ ਗੁੱਲ ਬਦਾਮ ਕਹਿੰਦੇ ਆ ਗੁੱਲ ਬਦਾਮ ਸਮਥਿੰਗ ਅਤੇ ਹੈਲੋ ਕਰ ਦਿਓ ਹਾਂ ਦਿਖਾਤਾ ਸਾਰਾ ਦਿਖਾਤਾ ਉਹ ਦੇਖੋ ਰੈਸਟੋਰੈਂਟ ਡਲ ਲੇਕ ਦੇ ਵਿੱਚ ਰੈਸਟੋਰੈਂਟ ਆ ਇਹ ਮਿਡਲ ਦੇ ਵਿੱਚ ਬਣਾਇਆ ਹੋਇਆ ਆ ਕਿਆ ਬਾਤ ਹੈ ਯਾਰ ਲਾਸਟ ਈਅਰ ਮੈਂ ਦੇਖੀ ਨਹੀਂ ਸੀ ਇਹ ਚੀਜ਼ ਬਟ ਬਹੁਤ ਵਧੀਆ ਮੈਨੂੰ ਚੀਜ਼ ਦੇਖਣ ਨੂੰ ਮਿਲੀ ਆ ਦੇਖੋ ਤੁਸੀਂ ਵੀ ਆਪਣਾ ਗਿਆ ਗੁੱਲ ਬਦਾਮ ਆਈਸਕ੍ਰੀਮ ਇਹਦਾ ਅਲੱਗ ਟੇਸਟ ਆ ਕੁਛ ਪਾਉਂਦੇ ਆ ਇਹ ਬਾਕੀ ਖਾ ਕੇ ਦੇਖਦੇ ਆ ਕੀ ਆ ਆਈਸਕ੍ਰੀਮ ਤੋਂ ਥੋੜਾ ਡਿਫਰੈਂਟ ਹੁੰਦਾ ਬਹੁਤ ਸਵਾਦ ਆ ਆਹ ਮੈਨੂੰ ਚੀਜ਼ ਬਹੁਤ ਵਧੀਆ ਲੱਗੀ ਇਹ ਲੇਖ ਦੇ ਮਿਡਲ ਦੇ ਵਿੱਚ ਬਰਗਰ ਪੈਟੀ ਫ੍ਰੈਂਚ ਫ੍ਰਾਈਜ਼ ਰੈਸਟੋਰੈਂਟ ਦਾ ਨਾਮ ਹੈਗਾ ਡਰਾਈ ਟੇਸਟ ਵਾਓ ਫ੍ਰਿਜ ਫੁਰਿਜ ਪਈ ਆ ਵੀ ਸਾਰਾ ਕੁਛ ਪਿਆ ਕਿਆ ਬਾਤ ਡਿਵੈਲਪ ਹੋ ਰਿਹਾ ਕਸ਼ਮੀਰ ਬਹੁਤ ਜਦੋਂ ਆਏ ਇਹ ਚੀਜ਼ਾਂ ਸਾਰੀਆਂ ਇੰਜੋਏ ਕਰਿਓ ਡੋਂਟ ਮਿਸ ਐਨੀਥਿੰਗ ਭਾਈ ਕਾਵਾ ਲੈ ਬਈ ਕਾਵਾ ਪੀਤਾ ਆਪਾਂ ਨਜ਼ਾਰਾ ਆ ਗਿਆ ਕਾਵਾ ਪੀ ਕੇ ਸ਼ਿਕਾਰਾ ਰਾਈਡ ਵਾਲੇ ਸਟੇਅ ਕਰਾਉਂਦੇ ਆ ਕਿਤੇ ਹੁਣ ਆਪਣੇ ਇੱਥੇ ਹੋਈ ਸਟੇਅ ਆਹ ਕੋਈ ਸ਼ੋਪ ਆ ਇੱਥੇ ਕਰਾਉਂਦੇ ਆ ਸਟੇਅ ਅਤੇ ਹੁਣ ਚੱਲਦੇ ਆਪਾਂ ਅੰਦਰ ਹਾਂ ਲੈ ਵੀ ਬਹੁਤ ਵਧੀਆ ਸ਼ੋਪ ਹੈ ਤਾਂ ਬਹੁਤ ਸੋਹਣੀ ਸ਼ੋਪ ਹੈ ਸਾਰੇ ਬੈਠੇ ਆ ਬੋਲਤੇ ਨਾ ਮਾਂ ਕੇ ਲਈ ਗਰਮ ਸ਼ਾਹ ਹੋਣਾ ਚਾਹੀਏ ਠੰਡ ਆਨੇ ਵਾਲੀ ਹੈ ਦਿਨ ਗੋ ਫਾਰ ਦਿਸ
ਇਹ ਸ਼ਿਕਾਰਾ ਰਾਈਡ ਦੇ ਵਿੱਚ ਨਾ ਜਿਹੜਾ ਲੇਖ ਦੇ ਉੱਪਰ ਹੀ ਸ਼ੋਪਾਂ ਬਣੀਆਂ ਆ, ਮਾਰਕੀਟ ਆ ਪੂਰੀ, ਮੀਨਾ ਬਾਜ਼ਾਰ ਕਹਿੰਦੇ ਇਹਨੂੰ। ਆ ਸਾਡੇ ਸਾਰੇ ਬੈਠੇ ਆ, ਸਾਡੇ ਸਾਰੇ ਬੈਠੇ ਆ ਤੇ ਸ਼ਾਲ ਦੇਖਣ ਲੱਗੇ। ਕਿਹਦੇ ਤੇ ਸ਼ਾਲ? ਸ਼ਾਲ ਦੇਖਦੇ ਆ, ਕਸ਼ਮੀਰੀ ਸ਼ਾਲ ਦੇਖਦੇ ਆ ਵੀ ਇਹ। ਬਹੁਤ ਸਟੋਕ ਇਹਨਾਂ ਦੇ ਕੋਲ, ਜੋ ਕਿਸੇ ਨੇ ਸ਼ੋਪਿੰਗ ਕਰਨੀ ਇੱਥੇ ਆ ਗਈ। ਮਤਲਬ ਸ਼ੋਪਾਂ ਵੀ ਹੈਗੀਆਂ, ਸੋਹਣੀਆਂ ਸ਼ੋਪਾਂ ਆ, ਮਾਰਕੀਟ ਆ, ਪ੍ਰੋਪਰ ਮਾਰਕੀਟ ਬਣੀ ਹੋਈ ਆ, ਕਰਿਆਨੇ ਦੀਆਂ ਸ਼ੋਪਾਂ ਆ, ਟੀ ਸਟਾਲ ਬਣੇ ਆ, ਰੈਸਟੋਰੈਂਟ ਬਣੇ ਆ, ਪਾਣੀ ਦੇ ਉੱਪਰ ਹੀ ਫਿਕਸ, ਅਤੇ ਮਾਰਕੀਟ ਪੂਰੀ ਆ। ਅਤੇ ਤੁਹਾਨੂੰ ਹੁਣ ਮੈਂ ਅੰਦਰੋਂ ਅੰਦਰੋਂ ਬਾਹਰ ਦਿਖਾਉਣਾ। ਆਹ ਦੇਖੋ, ਅੰਦਰੋਂ ਬਾਹਰ ਦਿਖਾਉਣਾ, ਲਓ ਆਹ ਦੇਖੋ, ਸਾਰਾ ਪਾਣੀ ਦੇ ਉੱਪਰ ਬਣਿਆ ਹੋਇਆ ਆ, ਹੈ ਨਾ, ਸਾਰਾ ਪਾਣੀ ਦੇ ਉੱਪਰ ਬਣਿਆ ਹੋਇਆ। ਆਹ ਪੂਰੀ ਮਾਰਕੀਟ ਆ, ਮਾਰਕੀਟ ਇੰਨੀ ਮਤਲਬ ਹਾਈ ਫਾਈ ਨਹੀਂ ਹੈਗੀ, ਬਟ ਇਹਨਾਂ ਦੇ ਹਿਸਾਬ ਨਾਲ ਸਹੀ ਆ। ਕਸਟਮਰ ਸ਼ੋਪਿੰਗ ਘੱਟ ਕਰਦੇ ਆ, ਥੋੜ੍ਹੀ ਕੋਸਟਲੀ ਹੁੰਦੀ ਨਾ ਇਹ ਚੀਜ਼, ਕਿਉਂਕਿ ਹੈਂਡਮੇਡ ਹੁੰਦੀ ਆ ਮੋਸਟਲੀ, ਇੱਥੇ ਹੈਂਡਮੇਡ ਕਰਦੇ ਆ ਕੰਮ ਸਾਰਾ। ਬਟ ਮੈਂ ਇਹ ਕਹਿੰਦਾ ਵੀ ਇਹਨਾਂ ਦਾ ਵੀ ਚੱਲ ਰੋਜ਼ੀ ਰੋਟੀ ਆ, ਜਦੋਂ ਕੋਈ ਆਉਂਦੇ ਆ ਨਾ ਤੁਸੀਂ, ਕੋਈ ਵੀ ਆਊਗਾ, ਇੱਕ ਅੱਧੀ ਚੀਜ਼ ਜ਼ਰੂਰ ਬਾਏ ਕਰਿਓ ਤਾਂ ਕਿ ਇਹਨਾਂ ਥੋੜ੍ਹਾ ਹੌਸਲਾ ਹੋ ਜਾਵੇ, ਠੀਕ ਹੈ। ਫਿਰ ਆਪਾਂ ਅੰਦਰ ਆ ਗਏ ਹਾਂ, ਬਾਕੀ ਗੱਲਾਂ ਆਪਾਂ ਬਾਹਰ ਜਾ ਕੇ ਕਰਦੇ ਹਾਂ ਨੈਕਸਟ। ਜਦੋਂ ਵੀ ਆਉਣਾ ਤੁਸੀਂ ਕਸ਼ਮੀਰ, ਮਤਲਬ ਈਵਨਿੰਗ ਟਾਈਮ, ਆਹ ਚੀਜ਼ ਮਿਸ ਨਾ ਕਰਿਓ। ਇਹ ਚੀਜ਼ ਸਿਰਾ ਆ, ਮਤਲਬ ਦੱਸ ਨਹੀਂ ਸਕਦਾ, ਦੁਬਈ ਵਾਲੀ ਫੀਲਿੰਗ ਆਉਂਦੀ ਆ, ਜੋ ਬੁਰਜ ਖਲੀਫੇ ਦੇ ਸਾਹਮਣੇ ਉਹ ਕਰ ਦਿੰਦੇ ਲਾਈਟਿੰਗ, ਹੈ ਨਾ। ਬਟ ਇੱਥੇ ਇੱਕੋ ਹੀ ਕਮੀ ਆ, ਬਟ ਇੱਥੇ ਸਾਊਂਡ ਹੈ ਨਹੀਂ ਗਾ, ਉਹ ਸਾਊਂਡ ਦੇ ਨਾਲ ਲਾਈਟਿੰਗ ਹੁੰਦੀ ਹੈ ਨਾ, ਸਾਊਂਡ ਦੇ ਨਾਲ ਪਾਣੀ ਚੱਲਦਾ ਉਹਨਾਂ ਦਾ, ਬਟ ਫਿਰ ਵੀ ਬਹੁਤ ਵਧੀਆ ਹੈ। ਸ਼੍ਰੀਨਗਰ ਦਾ ਲਾਲ ਚੌਂਕ, ਬੰਦ ਕਰ ਦਿਓ, ਇਹ ਹੈਗਾ ਆ ਆਪਣੇ ਸ਼੍ਰੀਨਗਰ ਦਾ ਲਾਲ ਚੌਂਕ। ਤੁਸੀਂ ਗੂਗਲ 'ਤੇ ਦੇਖ ਸਕਦੇ ਆ ਪੁਰਾਣੀਆਂ ਵੀਡੀਓਜ਼ ਇਹਦੀਆਂ, ਕਿ ਕਿੱਦਾਂ ਪੱਥਰ ਮਾਰਦੇ ਹੁੰਦੇ ਸੀਗੇ ਕਸ਼ਮੀਰੀ, ਹੈ ਨਾ, 500 ਰੁਪਇਆ ਉਹਨਾਂ ਨੂੰ ਮਿਲਦਾ ਹੁੰਦਾ ਸੀ ਇੱਕ ਪੱਥਰ ਮਾਰਨ ਦਾ। ਅਤੇ ਆਹੀ ਆ ਸਾਰਾ ਏਰੀਆ, ਸਾਰਾ ਏਰੀਆ ਆਹ ਉਹੀ ਆ ਜਿੱਥੇ ਉਹ ਪੱਥਰਬਾਜ਼ੀ ਹੁੰਦੀ ਸੀਗੀ, ਇਹ ਉਹੀ ਆ ਸਾਰਾ ਏਰੀਆ, ਹੈ ਨਾ। ਅਤੇ ਜਿੰਨਾ ਰੌਲਾ ਪੈਂਦਾ ਹੁੰਦਾ ਸੀਗਾ ਸ਼੍ਰੀਨਗਰ ਦੇ ਵਿੱਚ, ਹੈ ਨਾ, ਕਸ਼ਮੀਰ 'ਚ ਜਿੰਨਾ ਰੌਲਾ ਪੈਂਦਾ ਹੁੰਦਾ ਸੀ, ਸਾਰਾ ਇੱਥੇ ਹੀ ਪੈਂਦਾ ਹੁੰਦਾ ਸੀ, ਇਸ ਏਰੀਏ ਦੇ ਵਿੱਚ ਹੀ ਪੈਂਦਾ ਹੁੰਦਾ ਸੀ। ਅਤੇ ਇਸ ਚੌਂਕ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਵੀ ਮੰਨ ਲਓ ਆਰਮੀ ਦੀ ਕਿੰਨੀ ਸਪੋਰਟ ਆ। ਦੇਖੋ ਆਰਮੀ, ਆਰਮੀ ਹੀ ਆਰਮੀ ਆ ਸਾਰੇ ਪਾਸੇ। ਅੱਜ 2 ਅਕਤੂਬਰ ਆ, ਗਾਂਧੀ ਜੈਯੰਤੀ ਅੱਜ, ਅਤੇ ਆਪਣੀ ਇੰਡੀਅਨ ਆਰਮੀ ਮੈਨੂੰ ਲੱਗਦਾ ਕਿ ਗਾਂਧੀ ਜੈਯੰਤੀ ਸੈਲੀਬ੍ਰੇਟ ਕਰਨ ਦੀ ਤਿਆਰੀ 'ਚ ਆ। ਹਾਂਜੀ, ਇੱਥੇ ਨਾ ਮੈਂ ਜਦੋਂ ਵੀਡੀਓ ਬਣਾ ਰਿਹਾ ਸੀਗਾ ਤਾਂ ਕੋਈ VIP ਪਰਸਨ ਆਉਣ ਲੱਗਾ ਸੀਗਾ, ਆਈ ਗਿਆ ਸੀਗਾ ਮਤਲਬ, ਅਤੇ ਉਹਨਾਂ ਨੇ ਮੈਨੂੰ ਕੈਮਰਾ ਬੰਦ ਕਰਨ ਲਈ ਕਿਹਾ, ਅਤੇ ਮੈਂ ਬਾਅਦ ਵਿੱਚੋਂ ਕੈਮਰਾ ਬੰਦ ਕਰ ਦਿੱਤਾ ਸੀ। ਆਜੋ ਤੁਹਾਨੂੰ ਦਿਖਾਉਣਾ ਮੈਂ ਕਿੰਨੀ ਸਿਕਿਉਰਿਟੀ ਸੀ ਉਸ VIP ਦੀ। ਉਹ ਦੇਖੋ ਲਿਫਟ 'ਤੇ, ਹੈ ਨਾ, ਕਿੱਦਾਂ ਗੱਡੀ ਦੇ ਉੱਪਰ ਚੜ੍ਹਿਆ ਆ ਸਿਕਿਉਰਿਟੀ ਗਾਰਡ, ਵੈਰੀ VIP ਆ, ਕੋਈ ਮੰਤਰੀ ਸ਼ੰਤਰੀ ਲੱਗਦਾ ਆ, ਪਤਾ ਨਹੀਂ। ਉਹਨਾਂ ਨੇ ਕਿਹਾ, ਤੁਸੀਂ ਸੁਣਿਆ ਹੋਣਾ ਕਿ ਉਹ ਕਹਿੰਦਾ ਬੰਦ ਕਰ ਬੰਦ ਕਰ। ਸਿਕਿਉਰਿਟੀ ਦੇਖੋ ਤੁਸੀਂ, ਹੈ ਨਾ, ਮਤਲਬ ਉਹ ਪਿੱਛੇ ਦੇਖੋ, ਸਾਹਮਣੇ ਆਰਮੀ ਦੀ ਮਤਲਬ
ਕਿੰਨੀ ਸਿਕਿਉਰਿਟੀ ਬਹੁਤ ਜ਼ਿਆਦਾ ਹੈ ਬਈ। ਇਹ ਵੀਡੀਓ ਵਿੱਚ ਫਿਰ ਵੀ ਕਲੀਅਰ ਨਹੀਂ ਆ ਰਿਹਾ, ਬਟ ਘੱਟੋ ਘੱਟ 400-500 ਆਰਮੀ ਵਾਲੇ ਸੀਗੇ ਆਲੇ ਦੁਆਲੇ। ਲਾਲ ਕਿਲ੍ਹਾ ਦੇਖੋ, ਲਾਲ ਚੌਂਕ, ਸ਼੍ਰੀਨਗਰ ਲਾਲ ਚੌਂਕ। ਅਸੀਂ ਹੁਣ ਤਿਆਰੀ ਕਰ ਰਹੇ ਹਾਂ ਵਾਪਸ ਜਾਣ ਦੀ, ਸੋ ਬੁਲਟ ਚੈੱਕ ਕਰ ਲਈਏ ਅਤੇ ਮੈਂ ਕਿਹਾ ਬੁਲਟ ਸਾਫ਼ ਕਰ ਲਈਏ, ਗੰਦਾ ਹੋਇਆ ਸੀਗਾ ਕਾਫ਼ੀ। ਇੱਦਾਂ ਆਪਣੇ ਤੋਂ ਵੱਧ ਖਿਆਲ ਰੱਖਣਾ ਪੈਂਦਾ ਆ ਬੁਲਟ ਦਾ, ਜਿਹੜਾ ਐਡੀ ਦੂਰ ਲੈ ਕੇ ਆਉਂਦਾ। ਮੈਂ ਹਰ ਜਗ੍ਹਾ ਘੁੰਮਦਾ ਹਾਂ ਇਹਨੂੰ ਲੈ ਕੇ, ਬਿਨਾਂ ਕਿਸੇ ਪ੍ਰੋਬਲਮ ਮੈਂ ਹਰ ਜਗ੍ਹਾ ਘੁੰਮਦਾ ਹਾਂ ਇੱਥੇ। ਹਾਂਜੀ, ਕਿਵੇਂ ਲੱਗਿਆ ਤੁਹਾਨੂੰ ਸ਼੍ਰੀਨਗਰ ਦਾ ਸਾਰਾ ਬਲੌਗ? ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਤਾਂ ਜ਼ਰੂਰ ਦੱਸਿਓ। ਨੈਕਸਟ ਬਲੌਗ ਆਪਾਂ ਤੁਹਾਨੂੰ ਪਹਿਲਗਾਮ ਦਾ ਦਿਖਾਵਾਂਗੇ। ਇਹ ਸ਼੍ਰੀਨਗਰ ਦਾ ਮੇਰਾ ਸੈਕਿੰਡ ਬਲੌਗ ਆ। ਜੇ ਕਿਸੇ ਨੇ ਆਪਣੇ ਮਕਬਰੇ ਜਾਂ ਉਹ ਦੇਖਣੇ ਆ, ਬਾਗ ਵਗੈਰਾ ਦੇਖਣੇ ਆ, ਤਾਂ ਮੇਰਾ ਫਸਟ ਬਲੌਗ ਆ ਸ਼੍ਰੀਨਗਰ ਦਾ, ਉਹ ਚੈੱਕਆਊਟ ਕਰ ਲਿਓ। ਮੈਂ ਉਹਦਾ ਲਿੰਕ ਥੱਲੇ ਪਾ ਦੂੰਗਾ, ਤੁਸੀਂ ਕਲਿੱਕ ਕਰਕੇ ਦੇਖ ਲਿਓ। ਟੇਕ ਕੇਅਰ, ਸ਼ੱਬਾ ਖੈਰ, ਮਿਲਦੇ ਹਾਂ ਨੈਕਸਟ ਬਲੌਗ ਦੇ ਵਿੱਚ।